ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਗੁਰਜਿੰਦਰ ਸਿੰਘ ਪੰਗੂ, ਸੱਤ ਟੈਲੀਵਿਜ਼ਨ ਤੇ ਤੁਹਾਡਾ ਸਵਾਗਤ ਸਾਰਿਆਂ ਦਾ। ਇਸ ਵੇਲੇ ਮੇਰੇ ਨਾਲ ਲਾਈਨ ਦੇ ਉੱਪਰ ਸਰਦਾਰ ਮਾਲਵਿੰਦਰ ਸਿੰਘ ਮਾਲੀ ਸਾਹਿਬ ਮੌਜੂਦ ਨੇ। ਮਾਲੀ ਸਾਹਿਬ ਸਤਿ ਸ਼੍ਰੀ ਅਕਾਲ ਜੀ, ਆਇਆਂ ਜੀ। ਸ਼ੁਕਰੀਆ ਜੀ, ਸ਼ੁਕਰੀਆ ਗੁਰਜਿੰਦਰ ਜੀ। ਜੀ ਮਾਲੀ ਸਾਹਿਬ, ਮੈਂ ਤੁਹਾਡੀਆਂ ਦੋ ਤਿੰਨ ਵੀਡੀਓ ਦੇਖੀਆਂ ਪਿਛਲੇ ਦਿਨਾਂ ਦੇ ਵਿੱਚ। ਤੁਸੀਂ ਉਹਦੇ 'ਚ ਦੱਸਿਆ ਕਿ ਸਿਆਸਤ 'ਤੇ ਤੁਸੀਂ ਗੱਲਬਾਤ ਕੀਤੀ, ਹਾਲਾਂਕਿ ਬਹੁਤ ਲੰਮਾ ਤੁਹਾਡਾ ਤਜਰਬਾ ਸਿਆਸਤ ਦਾ, ਤਮਾਮ ਉਮਰ ਤੁਹਾਡੀ ਰਾਜਨੀਤਿਕ ਇਸ ਸਮਾਜ ਦੇ ਵਿੱਚ ਹੀ ਗੁਜ਼ਰੀ ਹੈ। ਬੜੇ ਉਹ ਤੁਸੀਂ ਇਤਿਹਾਸ ਦੀਆਂ ਜਿਹੜੀਆਂ ਘਟਨਾਵਾਂ ਨੇ ਜੋ ਹੁਣ ਤੱਕ ਚੱਲੀਆਂ ਆਉਂਦੀਆਂ ਨੇ, ਉਹਨਾਂ ਘਟਨਾਵਾਂ ਦੇ ਤੁਸੀਂ ਨਾਲ ਜੁੜ ਕੇ ਹੁਣ ਤੱਕ ਦੇਖਦੇ ਰਹੇ ਹੋ ਅਤੇ ਉਹਨਾਂ ਗਲਿਆਰਿਆਂ ਦੇ ਵਿੱਚ ਵਿਚਰਦੇ ਰਹੇ ਹੋ। ਤੁਸੀਂ ਜ਼ਿਕਰ ਕਰਦੇ ਹੋ ਕਿ ਇੱਕ ਜਿਹੜੀ ਨਵੇਂ ਤਰ੍ਹਾਂ ਦੀ ਇੱਕ ਸਿਆਸਤ ਹੈ, ਜਿਸ ਸਿਆਸਤ ਦੇ ਵਿੱਚ ਪਾਰਟੀਸਪੇਟ ਕਰ ਰਹੇ ਨੇ ਕੁਛ ਬੰਦੇ, ਜਿਵੇਂ ਲੱਖਾ ਸਧਾਣਾ ਹੋਰੀ ਹੋ ਗਏ ਜਾਂ ਕੁਛ ਹੋਰ ਪੰਜਾਬ ਦੇ ਵਿੱਚ ਇੱਦਾਂ ਦੇ ਬੰਦੇ ਹੋ ਗਏ, ਕਿ ਉਹ ਜਿਹੜੀ ਸਿਆਸਤ ਹੈ ਲੱਖੇ ਹੋਰਾਂ ਦੀ, ਉਹ ਸਿਆਸਤ ਪੰਜਾਬ ਦੇ ਸਿਆਸੀ ਧਰਾਤਲ ਦੇ ਉੱਪਰ ਜਾਂ ਸਮਾਜਿਕ ਧਰਾਤਲ ਦੇ ਉੱਪਰ, ਉਹ ਸਿਆਸਤ ਕਿਸੇ ਮਾਪਦੰਡਾਂ ਦੇ ਵਿੱਚ ਸਹੀ ਨਹੀਂ ਉਤਰਦੀ ਹੈਗੀ। ਸੋ ਦੂਜੇ ਪਾਸੇ ਲੱਖੇ ਹੋਰੀ ਕਹਿੰਦੇ ਨੇ ਕਿ ਅਸੀਂ ਪੰਜਾਬ ਦੇ ਲਈ ਕੰਮ ਕਰ ਰਹੇ ਹਾਂ, ਭਾਵੇਂ ਦੋ ਤਿੰਨ ਦਿਨਾਂ ਦੇ ਵਿੱਚ ਆਪਾਂ ਨੇ ਪਿਛਲੀ ਐਕਟੀਵਿਟੀਜ਼ ਦੇਖੀਆਂ ਕਿ ਪੰਜਾਬੀ ਮਾਂ ਬੋਲੀ ਜਾਂ ਇੱਕ ਸਕੂਲ ਦੇ ਵਿੱਚ ਜਾ ਕੇ ਜਿਸ ਤਰੀਕੇ ਦਾ ਕਿ ਹੈਗੇ ਵਿਚਾਰਧਾਰਾ ਪੰਜਾਬ ਦੇ ਲਈ ਠੀਕ ਨਹੀਂ ਹੈਗੀ। ਸੋ ਮਾਲੀ ਸਾਹਿਬ, ਲੱਖੇ ਸਧਾਣੇ ਦੀ ਜਿਹੜੀ ਪੋਲੀਟਿਕਸ ਹੈ, ਕੀ ਤੁਸੀਂ ਕਿਸ ਨਜ਼ਰੀਏ ਨਾਲ ਦੇਖਦੇ ਹੋ ਮਾਲੀ ਸਾਹਿਬ ਉਸ ਰਾਜਨੀਤੀ ਨੂੰ? ਜੀ ਦੇਖੋ ਜੀ, ਸਮੱਸਿਆ ਅਸਲ 'ਚ ਇਹ ਆ, ਜਦੋਂ ਆਪਾਂ ਕਹਿੰਦੇ ਹਾਂ ਪੰਜਾਬ ਦੇ ਵਿੱਚ ਖਲਾਅ ਪੈਦਾ ਹੋ ਗਿਆ, ਇਹ ਖਲਾਅ ਦੇ ਵਿੱਚੋਂ ਪੈਦਾ ਹੋਈਆਂ ਇਹ ਸਮੱਸਿਆਵਾਂ ਨੇ, ਜਿਹੜਾ ਸਿਆਸੀ ਤੌਰ 'ਤੇ ਖਲਾਅ ਪੈਦਾ ਹੋਇਆ ਉਹ ਸਿਆਸਤ ਨਾਲੇ ਭਰਿਆ ਜਾਣਾ, ਤੁਹਾਨੂੰ ਮੁੱਦਿਆਂ ਦੀ ਨਵੀਂ ਸਿਆਸਤ ਆ ਜਿਹੜੀ ਉਹ ਸਾਹਮਣੇ ਲਿਆਉਣੀ ਪੈਣੀ ਆ, ਤੁਹਾਨੂੰ ਸਿਆਸਤ ਦਾ ਨਵਾਂ ਵਰਤਾਂਤ ਸਿਰਜਣਾ ਪੈਣਾ। ਸਿਆਸਤ ਆਪਦੇ ਆਪ 'ਚ ਕੋਈ ਗੁਨਾਹ ਨਹੀਂ, ਕੋਈ ਮਾੜੀ ਗੱਲ ਨਹੀਂ ਹੁੰਦੀ, ਜਿਹੜੀ ਜਿਵੇਂ ਅੱਜ ਕੱਲ੍ਹ ਪ੍ਰਚਾਰ ਬਣਾ ਕੇ ਕਰਤਾ ਯਾਰ ਛੱਡੋ ਸਿਆਸਤ ਤੋਂ ਬਿਨਾਂ ਗੱਲ ਕਰੋ, ਸਿਆਸਤ ਤੋਂ ਉੱਪਰ ਉੱਠ ਕੇ ਗੱਲ ਕਰੋ। ਹਰ ਇੱਕ ਮਸਲੇ ਨੂੰ ਅਲਝਾਉਂਦੀ ਵੀ ਸਿਆਸਤ ਆ, ਹਰ ਇੱਕ ਮਸਲੇ ਨੂੰ ਸੁਲਝਾਉਂਦੀ ਵੀ ਸਿਆਸਤ ਆ। ਹੁਣ ਜਿਹੜਾ ਤੁਸੀਂ ਸਵਾਲ ਪੈਦਾ ਕੀਤਾ, ਦੋ ਪੱਖਾਂ ਤੋਂ ਜੇ ਆਪਾਂ ਸੋਚੀਏ, ਇੱਕ ਤਾਂ ਹੈਗਾ ਆਰਥਿਕ ਸਮਾਜਿਕ ਅਤੇ ਸੱਭਿਆਚਾਰਕ ਪੱਖੋਂ, ਪੰਜਾਬ ਇੱਕ ਖੁਸ਼ਹਾਲੀ ਦਾ ਦੌਰ ਹੰਢਾ ਕੇ ਸੰਕਟ 'ਚ ਫਸਿਆ ਜੀ, ਇੱਕ ਤਾਂ ਉਹਦਾ ਹੱਲ ਆ। ਉਹਦਾ ਹੱਲ ਇਹ ਆ ਵੀ ਪੰਜਾਬ ਨੂੰ ਮੁੱਦਿਆਂ ਦੀ ਸਿਆਸਤ ਦੀ ਲੋੜ ਆ, ਪੰਜਾਬ ਨੂੰ ਪਾਰਦਰਸ਼ਤਾ ਸਿਆਸਤ ਦੀ ਲੋੜ ਆ, ਪੰਜਾਬ ਨੂੰ ਜਵਾਬਦੇਹੀ ਦੀ ਸਿਆਸਤ ਦੀ ਲੋੜ ਆ। ਇਹ ਇਹ ਇੱਕ ਗੱਲ ਆ, ਕਿਉਂਕਿ ਜਿਹੜੀਆਂ ਰਵਾਇਤੀ ਪਾਰਟੀਆਂ ਨੇ ਉਹ ਪੰਜਾਬ ਦੇ ਮੁੱਦਿਆਂ ਦੀ ਸਿਆਸਤ ਤੋਂ ਪਾਸੇ ਹਟ ਕੇ ਉਹ ਸਿਰਫ ਨਿੱਜ ਪ੍ਰਸਤ ਪਰਿਵਾਰ ਪ੍ਰਸਤ ਦੀ ਸਿਆਸਤ ਦੇ ਵਿੱਚ ਉੱਜ ਗਈਆਂ, ਜਿਹਦੇ ਕਰਕੇ ਲੋਕਾਂ ਨੇ ਇੱਕ ਸਹੀ ਫੈਸਲਾ ਕੀਤਾ ਵੀ ਉਹਨਾਂ ਨੂੰ ਖੇਡਤਾ ਅਤੇ ਆਮ ਆਦਮੀ ਪਾਰਟੀ ਲਿਆਂਦੀ। ਆਮ ਆਦਮੀ ਪਾਰਟੀ ਦਾ ਵੀ ਕੋਈ ਨਵਾਂ ਸਿਆਸੀ ਵਰਤਾਂਤ ਨਹੀਂ, ਗਰੰਟੀਆਂ ਦੀ ਸਿਆਸਤ ਨਾਲ ਆਏ। ਇਹਨਾਂ ਕੋਲ ਖੇਤੀ ਸੰਕਟ ਦਾ ਕੋਈ ਹੱਲ ਨਹੀਂ, ਇਹਨਾਂ ਕੋਲ ਵਾਹਗਾ ਬਾਰਡਰ ਖੋਲ੍ਹਣ ਦਾ ਕੋਈ ਹੱਲ ਨਹੀਂ, ਇਹਨਾਂ ਕੋਲ ਪੰਜਾਬ ਦੇ ਪਾਣੀਆਂ ਬਾਰੇ ਕੋਈ ਠੋਸ ਅਤੇ ਸਮਝ ਨਹੀਂ ਵੀ ਕੀ ਹੋਵੇ। ਇਹਨਾਂ ਕੋਲ ਜਿਵੇਂ ਖਜ਼ਾਨਾ ਲੁੱਟਿਆ ਜਾ ਰਿਹਾ ਪ੍ਰਾਈਵੇਟ ਠੇਕੇਦਾਰੀ ਵੱਲੋਂ, ਜੋ ਝਰਨਾ ਪੈ ਰਹੀਆਂ ਨੇ, ਉਹਦਾ ਵੀ ਕੋਈ ਪ੍ਰੋਗਰਾਮ ਨਹੀਂ। ਕਹਿੰਦੇ ਹੁੰਦੇ ਸੀ ਪਹਿਲਾਂ ਸ਼ਰਾਬ ਦੀ ਕਾਰਪੋਰੇਸ਼ਨ ਬਣਾਓ ਜੀ, ਰੇਤੇ ਦੀ ਕਾਰਪੋਰੇਸ਼ਨ ਬਣਾਓ ਜੀ, ਕਿਸੇ ਗੱਲ ਦਾ ਇਹਨਾਂ ਕੋਲ ਵੀ ਕੋਈ ਹੱਲ ਨਹੀਂ ਹੈ। ਇਹੀ ਜਿਹੀ ਹਾਲਤ 'ਚ ਫਿਰ ਨਾ ਇੱਕ ਸੰਵਾਦ ਚੱਲਦਾ, ਇੱਕ ਵਰਤਾਂਤ ਉੱਭਰਦਾ, ਉਹ ਉੱਭਰਨੀ ਥਾਂ ਜਦੋਂ ਅਸੀਂ ਬੰਦਿਆਂ ਦੇ ਬੰਦੇ ਅਤੇ ਬੰਦਿਆਂ ਦੇ ਵਿਰੋਧੀ ਬਣ ਜਾਂਦੇ ਹਾਂ, ਫਿਰ ਅਸੀਂ ਨਾ ਜਿਹੜਾ ਵਿਚਾਰਕ ਸੰਵਾਦ ਆ ਉਹ ਤੋਂ ਪਾਸਾ ਵੱਟ ਲੈਂਦੇ ਹਾਂ। ਸੋ ਲੱਖੇ ਸਧਾਣੇ ਦਾ ਜਿਹੜਾ ਵਰਤਾਂਤ ਆ ਨਾ ਜੀ, ਇਹ ਵੀ ਪੰਜਾਬ ਦਾ ਦੁਖਾਂਤ ਆ। ਲੱਖਾ ਸਧਾਣਾ ਅੰਮ੍ਰਿਤਪਾਲ ਸਿੰਘ, ਦੀਪ ਸਿੱਧੂ, ਇਹ ਜਦੋਂ ਕਹਿੰਦੇ ਆ ਗਿਆ ਵੀ ਦੀਪ ਸਿੱਧੂ ਹੁਣ ਦੇਖਿਓ ਕੀ ਬਣਦਾ, ਆ ਗਿਆ ਵੀ ਅੰਮ੍ਰਿਤਪਾਲ ਹੁਣ ਦੇਖਿਓ ਕੀ ਬਣਦਾ, ਆ ਗਿਆ ਲੱਖਾ ਬਾਈ ਹੁਣ ਦੇਖਿਓ ਕੀ ਬਣਦਾ, ਇਹ ਅਸਲ 'ਚ ਬੰਦਿਆਂ ਦੇ ਬੰਦੇ ਅਤੇ ਬੰਦਿਆਂ ਦੇ ਵਿਰੋਧੀ ਹੋਣ ਦਾ ਪ੍ਰਵਚਨ ਆ ਜੀ। ਅੰਮ੍ਰਿਤਪਾਲ ਕੋਲ ਪੰਜਾਬ ਸਮੱਸਿਆ ਦਾ, ਪੰਜਾਬ ਨੂੰ ਦੁੱਖਾਂ 'ਚ ਫਸਣ ਦਾ ਕੀ ਹੱਲ ਆ? ਖਾਲਿਸਤਾਨ। ਦੀਪ ਸਿੱਧੂ ਆ ਜਿਹੜਾ, ਉਹਦੀ ਪੰਜਾਬ ਬਾਰੇ ਸਿਆਸਤ ਬਾਰੇ ਸਮਝ ਬੁਨਿਆਦੀ ਤੌਰ 'ਤੇ ਸਹੀ ਸੀ, ਪਰ ਉਦੋਂ ਇੱਕ ਇਹੋ ਜਿਹੇ ਚੱਕਰ 'ਚ ਫਸਾ ਤਾ ਵੀ ਤੂੰ ਇਹ ਸਿਆਸਤ ਕਿਸਾਨ ਅੰਦੋਲਨ 'ਤੇ ਲੱਦਣੀ ਆ, ਉਹ 'ਤੇ ਕਬਜ਼ਾ ਕਰਨਾ, ਉਹਦੇ ਕਰਕੇ ਉਹ ਵਿਚਾਰਾ ਨਿਖੜ ਗਿਆ, ਉਹ ਸਾਰੇ ਕਾਸੇ ਤੋਂ ਆਈਸੋਲੇਟ ਹੋ ਗਿਆ, ਮੁੜ ਕੇ ਮਾਨ ਸਾਹਿਬ ਦੀ ਹਮਾਇਤ ਕਰਤੀ। ਜਿਹੜਾ ਲੱਖਾ ਸਧਾਣਾ, ਦੇਖੋ ਜੀ, ਇਹਦਾ ਪਿਛੋਕੜ ਜੋ ਮਰਜ਼ੀ ਰਿਹਾ ਹੋਵੇ, ਬੰਦੇ ਬਦਲ ਜਾਂਦੇ ਨੇ,
ਕਿਰਦਾਰ ਵੀ ਬਦਲ ਜਾਂਦਾ, ਵਿਹਾਰ ਵੀ ਬਦਲ ਜਾਂਦਾ। ਡਾਕੂ ਸੱਜਣ ਠੱਗ, ਸੱਜਣ ਠੱਗ ਦੇਖੋ ਸਿੱਖੀ ਦਾ ਸਭ ਤੋਂ ਵੱਡਾ ਪ੍ਰਚਾਰਕ ਬਣਿਆ। ਪ੍ਰਚਾਰਕ ਇਸ ਕਰਕੇ ਬਣਿਆ ਵੀ ਉਹ ਬਾਬੇ ਗੁਰੂ ਨਾਨਕ ਦੇ ਸਿਧਾਂਤ ਨੂੰ ਉਹਨੇ ਅਪਣਾ ਲਿਆ, ਉਹਦੇ ਅਨੁਸਾਰ ਉਹਨੇ ਸਮਾਜ ਅੱਗੇ ਤੋਰਿਆ। ਠੱਗੀ ਵਾਲਾ ਅੰਸ਼ ਸੀ ਜਿਹੜਾ, ਉਹਦੇ ਵਿੱਚੋਂ ਉਹ ਗਾਇਬ ਕਰਤਾ ਉਹਨੇ। ਗੁਰਜਿੰਦਰ ਜੀ, ਪੰਜਾਬ ਦੀ ਸਮੱਸਿਆ ਬੰਦੇ ਬਦਲਣ ਦੀ ਨਹੀਂ ਹੈ, ਪੰਜਾਬ ਦੀ ਸਮੱਸਿਆ ਸਿਆਸੀ ਬਿਰਤਾਂਤ ਬਦਲਣ ਦੀ ਆ, ਸਾਰੀ ਮੁੱਦਿਆਂ ਬਾਰੇ ਸਮਝ ਬਦਲਣ ਦੀ ਆ। ਚਾਹੇ ਉਹ ਲੱਖਾ ਸਿਧਾਣਾ ਹੋਵੇ, ਚਾਹੇ ਅੰਮ੍ਰਿਤਪਾਲ ਹੋਵੇ, ਇਹਨਾਂ ਕੋਲੇ ਪੰਜਾਬ ਦੇ ਮੁੱਦਿਆਂ ਦਾ ਹੱਲ ਦਾ ਬਿਰਤਾਂਤ ਨਹੀਂ ਹੈ। ਤੁਸੀਂ ਇਹ ਦੇਖੋ, ਇੱਕ ਮੋਰਚਾ ਲੱਗਿਆ ਸੀ ਬੰਦੀ ਸਿੰਘਾਂ ਦੀ ਰਿਹਾਈ ਲਈ, ਅੰਮ੍ਰਿਤਪਾਲ ਨੇ ਉੱਥੇ ਜਾ ਕੇ ਉਹਦੀ ਧਾਰ ਹੀ ਬਦਲਤੀ, ਉਹਦੇ ਪੈਰੇ ਉਖਾੜਤੇ। ਸੋ ਇਸ ਕਰਕੇ ਜਿਹੜੀ ਲੱਖੇ ਸਿਧਾਣੇ ਦੀ ਗੱਲ ਆ, ਇਹ ਟੋਟਕੇਬਾਜ ਆ। ਮੈਂ ਕਹਿੰਦਾ ਇਹ ਗੰਗੈਸਟਰਵਾਦ ਤੋਂ ਬਾਅਦ ਸਮਾਜ ਸੇਵੀ ਬਣੇ ਆ, ਚੰਗੀ ਗੱਲ ਆ। ਸਮਾਜ ਸੇਵੀ ਬਣ ਕੇ ਜਿਹੜੇ ਨੇ ਕੰਮ ਕੀਤੇ, ਉੱਥੇ ਸੌ ਸਵਾਲ ਉੱਠੇ ਵੀ ਤੂੰ ਇੱਥੋਂ ਦੀ ਗੁੰਡਾਗਰਦੀ ਕਰਦਾ, ਮੰਡੀ ਦੀ ਪਰਚੀ ਹਟਾਉਣਾ, ਜੇ ਕਰਦਾ ਉਹ ਕਰਦਾ। ਇਹਦੇ ਕੋਲ ਕਿਸੇ ਦਾ ਜਵਾਬ ਨਹੀਂ। ਫਿਰ ਮੁੜ ਕੇ ਸਿਆਸੀ ਕਾਰਕੁਨ ਬਣ ਗਿਆ, ਜੋ ਇਹ ਸਿਆਸਤ ਕਰਦਾ, ਇਹ ਤੇ ਵੀ ਬਹੁਤ ਸਵਾਲ ਨੇ, ਇਹ ਕਿਸੇ ਸਵਾਲ ਦਾ ਜਵਾਬ ਨਹੀਂ ਦਿੰਦਾ। ਇਸ ਕਰਕੇ ਟੋਟਕੇ ਬਾਅਦ ਸਿਆਸਤ ਕਰਦਾ। ਪੰਜਾਬੀ ਭਾਸ਼ਾ, ਚਲੋ ਲੱਖਾਂ ਸਿਧਾਣਾ ਦੱਸੇ ਵੀ ਇਕੱਲੀ ਪੰਜਾਬੀ ਭਾਸ਼ਾ ਨਹੀਂ, ਸਾਰੇ ਮੁਲਕ ਦੀਆਂ ਭਾਸ਼ਾਵਾਂ ਨੂੰ ਖਤਰਾ। ਉਹ ਖਤਰਾ ਇਸ ਕਰਕੇ ਆ ਵੀ ਨਵੀਂ ਸਿੱਖਿਆ ਨੀਤੀ ਆ ਰਹੀ ਆ, ਤਾਕਤਾਂ ਦਾ ਕੇਂਦਰੀਕਰਨ ਹੋ ਰਿਹਾ ਜੀ। ਇਹ ਇਸ ਕਰਕੇ ਇਹਦੇ ਕੋਲ ਇਹ ਆ, ਮੈਂ ਬੋਰਡ ਮਟਾਤਾ। ਮੈਂ ਉਦੋਂ ਹੀ ਹਮਾਇਤ ਕੀਤੀ ਵੀ ਯਾਰ ਚੁੱਪ ਬੈਠੇ ਨੇ ਸਾਰੇ ਬੋਲੀ ਬਾਰੇ, ਜੇ ਇਹਨੇ ਮਾਰ ਕੇ ਬਾਜ ਐਕਸ਼ਨ ਕਰਤਾ ਕੋਈ ਗੱਲ ਨਹੀਂ, ਪਰ ਹੁਣ ਇਹਦਾ ਹਰ ਇੱਕ ਐਕਸ਼ਨ ਹੀ ਮਾਰ ਕੇ ਬਾਜ ਆ। ਇਹਨੂੰ ਨਾ ਤਾਂ ਇਹ ਪਤਾ ਵੀ ਬੋਲੀਆਂ ਕਿਵੇਂ ਮਾਰੀਆਂ ਜਾ ਰਹੀਆਂ ਨੇ ਮੁਲਕ ਦੀਆਂ ਸਮੇਤ ਪੰਜਾਬ ਦੀਆਂ, ਤੇ ਇਹਦਾ ਹੱਲ ਕੀ ਆ, ਇਹਦਾ ਹੱਲ ਆ ਫੈਡਰਲ ਢਾਂਚਾ। ਤੇ ਨਾ ਇਹਨੂੰ ਇਹ ਪਤਾ ਵੀ ਪਾਣੀਆਂ ਦਾ ਮਸਲਾ ਕੀ ਆ। ਕੱਲੀ ਇਹ ਨੀ ਪਾਰਟੀਆਂ ਨੇ ਕੀਤਾ ਹੁਣ ਤੱਕ ਕੀ ਆ, ਜੋ ਪਾਰਟੀਆਂ ਨੇ ਚੰਗਾ ਕੀਤਾ ਉਹਦੇ ਬਾਰੇ ਨੀ ਬੋਲਦਾ। ਸਮਝੌਤੇ ਰੱਦ ਕੀਤੇ, ਵਿਧਾਨ ਸਭਾ ਚ ਮਤੇ ਪਾਸ ਕੀਤੇ, ਰਾਇਲਟੀ ਵਸੂਲੋ, ਬਾਦਲ ਸਾਹਿਬ ਨੇ ਉਹ ਕੀਤਾ, ਠੀਕ ਹੈ ਕੀਤਾ, ਗਲਤੀਆਂ ਬਹੁਤ ਉਹਨਾਂ ਨੇ ਕੀਤੀਆਂ, ਪਰ ਜੋ ਉਹਨਾਂ ਨੇ ਚੰਗਾ ਕੀਤਾ ਇਹ ਸਾਰੇ ਉਹਨੂੰ ਛਕਾਉਣ ਤੇ ਲੱਗੇ ਹੋਏ ਨੇ। ਭਗਵੰਤ ਮਾਨ ਤੇ ਲੱਖਾ ਸਿਧਾਣਾ, ਜੋ ਚੰਗਾ ਕੀਤਾ ਉਹਨੂੰ ਗਾਹਾਂ ਕਿਉਂ ਨੀ ਤੋਰਦੇ। 1955 ਚ ਫੈਸਲਾ ਹੋਇਆ ਸੀ ਕਿ ਪਾਣੀਆਂ ਦੀ ਕੀਮਤ ਰਾਜਸਥਾਨ ਨੂੰ ਤੈਅ ਕੀਤੀ ਜਾਊ, ਉਹ ਤਾਂ ਇਤਿਹਾਸਕ ਦਸਤਾਵੇਜ਼ ਆ। ਦੋ ਵਾਰ ਵਿਧਾਨ ਸਭਾ ਨੇ ਮਤਾ ਪਾਸ ਕੀਤਾ, ਸਰਕਾਰ ਵਿਧਾਨ ਸਭਾ ਹਦਾਇਤ ਕਰਦੀ ਹੈ ਪਾਣੀ ਦੇ ਕੀ, ਉਹਦੀ ਗੱਲ ਨੀ ਕਰਦੇ। ਇਹ ਉੱਥੇ ਚੰਡੀਗੜ੍ਹ ਸੈਮੀਨਾਰ 'ਚ ਆ ਗਿਆ, ਜਿਹਦਾ ਮਕਸਦ ਹੋਰ ਸੀ, ਮੰਤਵ ਹੋਰ ਸੀ, ਉੱਥੇ ਜਾ ਕੇ ਪੰਜਾਬੀ ਬੋਲੀ ਵਾਲਾ ਸੁਲਛੜਾ ਖੜਕਾਤਾ। ਦੂਜਾ ਕਹਿੰਦਾ ਸਿਆਸੀ ਪਾਰਟੀਆਂ ਮਾਫ਼ੀ ਮੰਗੋ, ਸਿਆਸੀ ਪਾਰਟੀਆਂ ਤੋਂ ਚਲੋ ਰੋਲ ਹੈ ਕੋਈ ਨਹੀਂ ਸੀ, ਉਹ ਤਾਂ ਬੁਲਾਈਆਂ ਸੀ ਸਿਆਸੀ ਪਾਰਟੀਆਂ ਨੇ, ਸਮਝੋ ਭਾਈ ਸਾਡੇ ਨਾਲ ਹੋਇਆ ਕੀ ਆ, ਆਪਾਂ ਕਰਨਾ ਕੀ ਆ। ਹੁਣ ਉਹ ਦੂਜਾ ਪੱਤਰਕਾਰ ਵਾਲੀ ਗੱਲ, ਮਤਲਬ ਇਹ ਭੰਡ ਤੇ ਨਾ ਇਹ ਆਪਣਾ ਲੱਖਾਂ ਸਿਧਾਣਾ, ਇਹਨਾਂ ਦੀ ਸ਼ੈਲੀ ਇੱਕੋ ਆ। ਜਿਵੇਂ ਕੇਜਰੀਵਾਲ ਕਹਿੰਦਾ ਨਾ ਵੀ ਮੋਦੀ ਦਾ ਬਦਲ ਮੈਂ, ਉਹ ਤਾਂ ਪੈ ਗਿਆ ਠੰਡੇ ਬਸਤੇ ਚ। ਭਗਵੰਤ ਮਾਨ ਕਹਿੰਦਾ ਸਿਆਸੀ ਪਾਰਟੀਆਂ ਪੰਜਾਬ ਦੀਆਂ ਭੁੱਲ ਜਾਣ ਸੱਤਾ 'ਚ ਆਉਣਾ, ਸਾਰੀਆਂ ਸਿਆਸੀ ਪਾਰਟੀਆਂ ਦਾ ਬਦਲ ਮੈਂ। ਹੁਣ ਇਹ ਕਹਿਣਾ ਚਾਹੁੰਦਾ ਵੀ ਭਗਵੰਤ ਮਾਨ ਦਾ ਬਦਲ ਸਿਆਸੀ ਪਾਰਟੀਆਂ ਨੇ, ਲੱਖਾਂ ਸੁਧਾਣਾ ਜਿਹਦੇ ਵਿੱਚੋਂ ਇਹਨੇ ਉਹ ਨਾਟਕ ਰਚਿਆ ਜਿਹੜਾ ਉਹ ਸੀ 1 ਨਵੰਬਰ ਵਾਲਾ, ਇੱਕ ਪਾਤਰੀ ਨਾਟਕ ਜਿਹੜਾ ਖੇਡਿਆ। ਦੇਖੋ ਭਗਵੰਤ ਮਾਨ ਨੇ ਤਾਂ ਬੜੀ ਸਕੀਮ ਨਾਲ ਚਾਲ ਖੇਡੀ, ਇਸ ਤਰ੍ਹਾਂ ਗੱਲ ਅੱਗੇ ਵਧਾਈ ਵੀ ਵਿਰੋਧੀ ਪਾਰਟੀਆਂ ਆਉਣੇ ਨਾ, ਉਹਦੇ ਬਦਲੇ ਚ ਇਹਨੇ ਉਹਨਾਂ ਦੇ ਬਰਾਬਰ ਮੈਂ ਕਰੂੰ ਜੀ ਸੰਵਾਦ, ਮੈਂ ਆਹ ਸੱਦ ਲਿਆ ਜੀ ਉੱਥੇ ਕਿਹੜੇ ਬਸੰਤ ਹੋਟਲ ਦੇ ਵਿੱਚ, ਉੱਥੇ 3-4 ਬੁੱਧੀਜੀਵੀ ਉਹ ਨਾਲ ਜੁੜ ਗਏ। ਪਾਲੀ ਭੁਪਿੰਦਰ ਨੇ ਤਾਂ ਕਹਿਤਾ ਮੈਂ ਤਾਂ ਹੈ ਹੀ ਨਹੀਂ ਨਾਲ। ਅਜੇਪਾਲ ਸਿੰਘ ਬਰਾੜਾ, ਉਹਦਾ ਹਾਲ ਇਹ ਆ ਵੀ ਉਹ ਕਿਹੜੀ ਗਲੀ ਜਿੱਥੇ ਸਾਡੀ ਭਾਗੋ ਨਹੀਂ ਖਲੀ, ਪੂਨੀਆ ਆ ਗਿਆ, ਸ਼ਾਇਦ ਇੱਕ ਅੱਧਾ ਹੋਰ ਆ ਗਿਆ। ਸਵੇਰੇ ਇਹਦਾ ਕੁੰਡਾ ਖੜਕਾਇਆ ਪੁਲਿਸ ਨੇ, ਇਹਨੇ ਆਪ ਕੁੰਡਾ ਖੋਲਿਆ। ਉਹ ਕਹਿੰਦੇ ਲੱਖਾ ਸਿਆਂ ਲੁਧਿਆਣੇ ਤੋਂ ਤੈਨੂੰ ਜਾਣ ਨਹੀਂ ਦੇਣਾ, ਹੁਣ ਦੱਸ ਤੂੰ ਘਰੇ ਬੈਠਣਾ ਕਿ ਜਾਂ ਤੂੰ ਤੈਨੂੰ ਕਿਸੇ ਕੇਸ 'ਚ ਮੁਕਤਸਰ ਵਾਲਾ ਕੋਈ ਕੇਸ ਦੇ ਖਿਲਾਫ ਪੈਂਡਿੰਗ ਹੋਇਆ ਉਹ 'ਚ ਗ੍ਰਿਫਤਾਰੀ ਪਾਈਏ। ਕਹਿੰਦਾ ਮੈਂ ਕਿੱਥੇ ਜਾਣਾ, ਮੈਂ ਇੱਥੇ ਹੀ ਹਾਂ। ਹੁਣ ਉੱਥੇ ਚੱਲਦੀਆਂ ਚਿੱਦਲੀਆਂ ਗੱਲਾਂ ਪੱਤਰਕਾਰਾਂ ਨੇ ਸੁਣ ਲਈਆਂ,
ਉੱਥੇ ਇੱਕ ਪੱਤਰਕਾਰ ਨੇ ਇਹਦੇ ਨਾਲ ਇੰਟਰਵਿਊ ਕਰ ਲਈ, ਉਹਨੇ ਆਹ ਸਵਾਲ ਪੁੱਛ ਲਏ ਵੀ ਤੂੰ ਤਾਂ ਆਹ ਕਿਹਾ ਸੀ, ਆਹ ਕਿਹਾ ਸੀ, ਆਹ ਕਿਹਾ ਸੀ, ਤੇ ਉਦੋਂ ਬਾਅਦ ਇਹਨੇ ਹੀਰੋ ਬਣਨਾ ਸੀ ਪੰਜਾਬ ਦਾ, ਵੀ ਅਸਲ ਖਤਰਾ ਭਗਵੰਤ ਮਾਨ ਨੂੰ ਲੱਖੇ ਤੂੰ ਆ। ਫਿਰ ਇਹਨੇ ਉਹ ਸਾਰਾ ਕੁਛ ਕੀਤਾ, ਫਿਰ ਉਹ ਪੱਤਰਕਾਰ ਨਾਲ ਜੋ ਕੀਤੀ ਜਾਂ ਵੀਡੀਓ ਕੀਤੀ ਉਹ ਸਾਰਾ ਕੁਛ ਕੀਤਾ। ਸੋ ਮੇਰੇ ਕਹਿਣ ਦਾ ਮਤਲਬ ਇਹ ਆ ਕਿ ਪੰਜਾਬ ਨੂੰ ਕਿਸੇ ਹੀਰੋ ਦੀ ਲੋੜ ਨਹੀਂ, ਪੰਜਾਬ ਨੂੰ ਇੱਕ ਵਿਚਾਰਕ ਬਦਲ ਦੀ ਲੋੜ ਆ, ਜਿਹੜਾ ਲੱਖੇ ਦੇ ਪੱਲੇ ਹੈ ਨਹੀਂ। ਹੁਣ ਇਹ ਸਕੂਲ 'ਚ ਜਾ ਵੜਿਆ ਜੀ, ਪਹਿਲੀ ਗੱਲ ਇਹਦੇ ਕੋਲ ਨਾ ਇਹਦੀ, ਕਈ ਵਾਰ ਕਹਿੰਦੇ ਹੁੰਦੇ ਆ ਜਿਹਦੇ ਨਾਲ ਰੰਗ ਨਾ ਕਰਨ, ਨਾ ਇਹਦੀ ਜਥੇਬੰਦੀ ਨਾਲ ਜਵਾਬ ਦੇਈ, ਇਹਦਾ ਹਾਲ ਤਾਂ ਹੋਇਆ ਸਿਰ ਤੇ ਨਹੀਂ ਕੁੰਡਾ ਹੱਥ ਹੀ ਫਿਰੇ ਲੁੰਡਾ, ਇੱਕ ਡਰੋਲੀ ਜਿਹਾ ਇਹਦੇ ਨਾਲ ਆ, ਅਸੀਂ ਤਾਂ ਬਾਈ ਨਾਲ ਆ। ਹੁਣ ਇਹ ਜਾ ਕੇ ਪ੍ਰਿੰਸੀਪਲ ਨਾਲ ਗੱਲ ਕਿਵੇਂ ਕਰਦਾ, ਤੁਸੀਂ ਇਹਦਾ ਅੰਦਾਜ਼ ਦੇਖੋ। ਇੱਕ ਪ੍ਰਾਈਵੇਟ ਸਕੂਲ ਚੱਲ ਰਹੇ ਨੇ, ਪੰਜਾਬ ਸਰਕਾਰ ਦੀ NOC ਤੋਂ ਬਿਨਾਂ ਕਿਤੇ ਕੋਈ ਸਕੂਲ ਨਵਾਂ ਖੁੱਲ ਨਹੀਂ ਸਕਦਾ। ਹੁਣ ਗੜਬੜ ਤਾਂ ਪੰਜਾਬ ਸਰਕਾਰ ਦੀ ਨੀਤੀ 'ਚ ਆ। ਤੁਸੀਂ ਤਾਮਿਲਨਾਡੂ 'ਚ ਸਕੂਲ ਖੋਲ੍ਹ ਕੇ ਦੇਖ ਲਓ ਨਾ, ਇਹੋ ਜਿਹਾ ਵੀ ਜਿੱਥੇ ਆਏ ਨਾ ਹੋਵੇ, ਆਏ ਨਾ ਹੋਵੇ, ਆਏ ਨਾ ਹੋਵੇ। ਹੁਣ ਉਹ ਨੀਤੀ 'ਤੇ ਹੱਲ ਕਰਨ ਲਈ ਤੁਸੀਂ ਇਕੱਲੇ ਇਕੱਲੇ ਸਕੂਲ 'ਚ ਜਾ ਕੇ ਰੌਲਾ ਗੌਲਾ ਪਾਉਂਦੇ ਹੋ, ਉਹਦਾ ਮਤਲਬ ਕੀ ਨਿਕਲੂ ਜੀ? ਮੈਨੂੰ ਇਹ ਦੱਸੋ। ਇਹ ਫਸੇ ਹੋਏ ਸੀ ਪੱਤਰਕਾਰ ਵਾਲੇ ਮਾਮਲੇ 'ਚ। ਹੁਣ ਉਹ ਵੀ ਮੈਨੂੰ ਪਤਾ ਲੱਗਿਆ ਥੋੜ੍ਹਾ ਜਿਹਾ ਪੱਤਰਕਾਰਾਂ ਦੇ ਵਿੱਚ ਵੀ ਗੜਬੜ ਹੋ ਗਈ, ਉਹਨਾਂ ਨੂੰ ਵੀ ਇਹਨੇ ਭਚਲਾ ਕੇ ਹੈਂਡਲ ਕਰ ਲਿਆ। ਚਲੋ ਵੱਖਰਾ ਮਾਮਲਾ, ਉਹ 'ਚ ਉਹ ਪੱਤਰਕਾਰ ਯੂਨੀਅਨ ਜਾਣੇ, ਉਹ ਜਾਣੇ, ਮੈਂ ਉਹਦੇ ਵਿੱਚ ਬਾਹਰਾ ਨਹੀਂ ਬੋਲਣਾ। ਫਿਰ ਦੂਜੇ ਦਿਨ ਫਿਰ ਰੌਲਾ ਪਾ ਲਿਆ। ਹੁਣ ਕਈ ਬੰਦੇ ਕਹਿੰਦੇ ਨੇ ਅਸਲ ਰੌਲਾ ਹੋਰ ਆ, ਉੱਥੇ ਕੋਈ DP ਨੌਕਰੀ ਤੋਂ ਅਸਤੀਫਾ ਦਿੱਤਾ। ਚਲੋ ਹੁੰਦੇ ਨੇ, ਕਈ ਗੱਲਾਂ ਹੁੰਦੀਆਂ ਨੇ। ਹੁਣ ਅੱਜ SSP ਦਾ ਬਿਆਨ ਆ ਵੀ ਜਿਹੜੀ ਲੱਖੇ ਦੇ ਖਿਲਾਫ਼ ਸ਼ਿਕਾਇਤ ਕੀਤੀ ਗਈ ਸੀ ਉਹਦੇ ਕੋਈ ਜੁਰਮ ਨਹੀਂ ਬਣਦਾ, ਇਹ 'ਤੇ ਕੋਈ ਮੁਕੱਦਮਾ ਨਹੀਂ ਦਰਜ ਕੀਤਾ। ਇਹ ਰੌਲਾ ਗੌਲਾ ਪਾਉਂਦਾ, ਇਹ ਪ੍ਰੋਬਲਮ ਕ੍ਰੀਏਟ ਕਰਦਾ, ਆਪਣੇ ਆਪ ਨੂੰ ਹੀਰੋ ਬਣਾਉਣ ਦੀ ਕੋਸ਼ਿਸ਼ ਕਰਦਾ, ਇਸ ਕਰਕੇ ਅਸੀਂ ਇਹਨੂੰ ਅਗਾਊਂ ਹਿਰਾਸਤ 'ਚ ਲਿਆ। ਇਦੂ ਵੱਧ ਕੋਈ ਗੱਲ ਨਹੀਂ ਜੀ। ਮਾਲੀ ਸਾਹਿਬ, ਕੀ ਜਿਵੇਂ ਕੋਸ਼ਿਸ਼ਾਂ ਹੁੰਦੀਆਂ ਨੇ ਕਿ ਸਿਸਟਮ ਚੇਂਜ ਕਰ ਦੇਣਾ ਜਾਂ ਅਸੀਂ ਬਦਲ ਦੇ ਰੂਪ ਦੇ ਵਿੱਚ ਆ ਜਾਣਾ, ਕੀ ਸੱਚਮੁੱਚ ਇੱਦਾਂ ਹੋ ਸਕਦਾ? ਜਾਂ ਫਿਰ ਇੰਡੀਵਿਜੁਅਲ ਕੋਈ ਵੀ ਸ਼ਖਸੀਅਤ ਹੈ ਉਹ ਇਹਨਾਂ ਵਰਤਾਰਿਆਂ ਨੂੰ ਸਮਝਦੀ ਨਹੀਂ ਹੈ, ਇਹਨਾਂ ਵਰਤਾਰਿਆਂ ਤੋਂ ਬਹੁਤ ਛੋਟੀ ਹੈ, ਸਿਸਟਮ ਹੁੰਦਾ, ਸਿਸਟਮ ਬੰਦਿਆਂ ਨੂੰ ਖਾ ਜਾਂਦਾ ਜਾਂ ਬੰਦੇ ਯੂਜ਼ ਹੋ ਜਾਂਦੇ ਨੇ। ਜਿਹੜੇ ਉਸ ਪਿੱਚ 'ਤੇ ਖੇਡ ਰਹੇ ਹੁੰਦੇ ਨੇ ਕੀ ਉਹਨਾਂ ਵਿਅਕਤੀਆਂ ਨੂੰ ਪਤਾ ਨਹੀਂ ਹੁੰਦਾ ਹੈਗਾ ਜਾਂ ਫਿਰ ਜਾਣ ਕੇ ਸਭ ਕੁਛ ਹੁੰਦਾ ਹੈਗਾ ਇਹ? ਮਾਲੀ ਸਾਹਿਬ, ਮੈਨੂੰ ਇਹ ਲੱਗਦਾ, ਮੈਂ ਇਹ ਨਹੀਂ ਸਮਝਦਾ ਵੀ ਇਹ ਕੋਈ ਸਾਜ਼ਿਸ਼ ਜਾਂ ਕੋਈ ਐਂ ਗੱਲ ਹੁੰਦੀ ਆ। ਕਈ ਵਾਰ ਸੱਚੀ ਉਹ ਬੰਦੇ ਨੂੰ ਐਂ ਲੱਗਦਾ ਹੁੰਦਾ ਵੀ ਯਾਰ ਮਸਲਾ ਇਸੇ ਰੂਪ 'ਚ ਹੱਲ ਹੋਊ। ਜਦੋਂ ਸਟੇਟ ਨੂੰ ਇਹ ਲੱਗਣ ਲੱਗ ਜਾਂਦਾ ਵੀ ਇਹ ਟੂ ਕ੍ਰੀਏਟ ਮੋਰ ਐਂਡ ਮੋਰ ਕਨਫਿਊਜ਼ਨ, ਇੱਕ ਝੋਲਾ ਪਾਉ ਫੋਰਸਾਂ ਹੈਗੀਆਂ, ਸਟੇਟ ਉਹਨਾਂ ਨੂੰ ਸ਼ਹਿਰ ਦੇਣ ਲੱਗ ਜਾਂਦੀ ਹੈ। ਤੁਸੀਂ ਇਹ ਦੇਖੋ, ਜਦੋਂ ਕਿਸਾਨ ਅੰਦੋਲਨ ਨੇ ਕਿਹਾ ਵੀ ਦੀਪ ਸਿੱਧੂ ਗਦਾਰਾ, ਮੈਂ ਕਿਹਾ ਗਲਤ ਕਹਿ ਰਹੇ ਹੋ ਤੁਸੀਂ, ਫਤਵੇਬਾਜ਼ੀ ਕਰਨੀ ਇਹਦੇ ਨਾਲ ਕੋਈ ਮਸਲਾ ਹੱਲ ਨਹੀਂ ਹੁੰਦਾ। ਦੀਪ ਸਿੱਧੂ ਦਾ ਵਰਤਾਵ ਕਿਵੇਂ ਗਲਤ ਆ, ਤੁਸੀਂ ਉਹਦੀ ਗੱਲ ਕਰੋ। ਹੁਣ ਲੱਖਾਂ ਸੁਧਾਣਾ ਬਾਈ ਬੱਲੇ ਬੱਲੇ, ਲੱਖਾਂ ਸੁਧਾਣਾ ਸਟੇਟ ਦਾ ਏਜੰਟ ਆ, ਇਹ ਤਾਂ ਫਤਵੇਬਾਜ਼ੀ ਆ। ਮੈਂ ਕਹਿੰਦਾ ਇਹ ਗੈਂਗਸਟਰ ਤੋਂ ਸਮਾਜ ਸੇਵੀ ਬਣਿਆ, ਸਿਆਸਤਦਾਨ ਬਣਿਆ, ਚੰਗੀ ਗੱਲ ਆ, ਬੰਦੇ ਬਦਲ ਜਾਂਦੇ। ਮੇਰਾ ਰੌਲਾ ਇਹਦੇ ਨਾਲ ਇਹ ਆ ਵੀ ਤੇਰੀ ਜਿਹੜੀ ਪਹੁੰਚ ਆ ਉਹ ਗੰਗੈਸਟਰ ਵਾਲੀ ਆ, ਤੂੰ ਹਰ ਥਾਂ 'ਤੇ ਖੌਰੂ ਪਾਉਣਾ, ਹਰ ਥਾਂ 'ਤੇ ਬਦਮਾਸ਼ੀ ਕਰਦਾ। ਤੇਰੀ ਲੜਾਈ ਸਟੇਟ ਨਾਲ ਨਹੀਂ ਹੈ, ਸਰਕਾਰ ਨਾਲ ਨਹੀਂ ਹੈ, ਨੀਤੀਆਂ ਨਾਲ ਨਹੀਂ ਹੈ। ਇਸ ਕਰਕੇ ਜਿਹੜਾ ਪੰਜਾਬ 'ਚ ਨਵਾਂ ਵਰਤਾਂਤ ਸਿਰਜਣ ਦੀਆਂ ਸੰਭਾਵਨਾਵਾਂ ਨੇ, ਤੂੰ ਉਹਨਾਂ ਦੇ ਵਿੱਚ ਖਲ ਪਾਉਣਾ। ਆਹ ਮੈਂ ਤਾਂ ਐਂ ਸੋਚਦਾ ਇਹਦੇ ਬਾਰੇ। ਮਾਲੀ ਸਾਹਿਬ, ਇੱਕ ਇਹ ਵੀ ਤਾਂ ਸਾਡੇ ਇੱਥੇ ਐਂ ਹੁੰਦਾ ਹੀ ਹੈ ਕਿ ਜੇਕਰ ਥੋੜ੍ਹੀ ਬਹੁਤੀਆਂ ਇੱਦਾਂ ਸਮਾਜਿਕ ਐਕਟੀਵਿਟੀਆਂ ਹੋਣਗੀਆਂ ਤਾਂ ਬੰਦੇ ਦੀ ਪੋਲੀਟੀਕਲ ਅਚੀਵਮੈਂਟ ਹੋ ਜਾਂਦੀ ਹੈ ਕਿ ਲੋਕ ਪ੍ਰਭਾਵਿਤ ਹੁੰਦੇ ਇਹਨਾਂ ਚੀਜ਼ਾਂ ਤੋਂ। ਦੇਖੋ ਜੀ, ਇਹ ਤਾਂ ਹੁੰਦੀ ਆ, ਜਦੋਂ ਸਮੂਹਕ ਵਰਤਾਰਾ ਨਾ ਹੋਵੇ ਉਸ ਮੌਕੇ ਇੰਨੀਆਂ ਜਿਹੀਆਂ ਗੱਲਾਂ ਲੋਕਾਂ ਨੂੰ। ਪੰਜਾਬ ਦੇ ਵਿੱਚ ਬੰਦੇ ਬਦਲਣ ਦੀ ਲੋੜ ਥੋੜ੍ਹਾ ਆ, ਵਿਚਾਰ ਬਦਲਣ ਦੀ ਲੋੜ ਆ, ਪੰਜਾਬ ਨੂੰ ਕੋਈ ਹੀਰੋ ਦੀ ਲੋੜ ਥੋੜ੍ਹਾ ਆ। ਹੀਰੋ ਤਾਂ ਲੋਕਾਂ ਦੇ ਉਹਦੇ ਨਾਲ ਜੁੜੂ, ਠੀਕ ਆ। ਕਈ ਵਾਰ ਇੱਕ ਬੰਦਾ ਵੀ ਤੁਰਦਾ ਜਦੋਂ ਉਹ ਕਈ ਵਾਰ ਬਹੁਤ ਵੱਡੀ ਗੱਲ ਕਰ ਦਿੰਦਾ। ਆਂਧਰਾ ਪ੍ਰਦੇਸ਼ NT ਰਾਮਾ ਰਾਓ ਆਇਆ ਜੀ, ਉਹਨੇ ਤੇਲਗੂ ਦੇਸ਼ਮ ਪਾਰਟੀ ਬਣਾਈ। ਤੇਲਗੂ ਦੇਸ਼ਮ ਦਾ ਮਤਲਬ ਆ ਤੇਲਗੂ ਦੇਸ਼, ਜਿਵੇਂ ਆਪਾਂ ਦੇਸ਼ ਪੰਜਾਬ ਕਹਿੰਦੇ ਹਾਂ। ਅੱਜ ਕੱਲ੍ਹ ਤਾਂ ਦੇਸ਼ ਪੰਜਾਬ ਦਾ ਨਾਂ ਨਹੀਂ ਲੈਣ ਦਿੰਦੇ ਕੋਈ ਵੀ, ਜਾਂ ਇਹਦੀ ਪਾਰਟੀ ਨਹੀਂ ਉਹ ਬਣਨ ਦਿੰਦੇ।
ਕਈ ਵਾਰ ਇੱਕ ਬੰਦਾ ਸਹੀ ਥਾਂ ਤੇ ਐਕਟ ਕਰ ਜੇ ਉਹ ਅੱਗੇ ਵੱਧ ਜਾਂਦਾ, ਪਰ ਕੀ ਉਹ ਜਿਹੜੀਆਂ ਗੱਲਾਂ ਦੇ ਖਿਲਾਫ ਉਹਨਾਂ ਨੂੰ ਸੁਧਾਰਨ ਲਈ ਅੱਗੇ ਆਇਆ ਉਹਦੇ ਵਿੱਚ ਕੋਈ ਉਹਨੇ ਸਫਲਤਾ ਹਾਸਲ ਕੀਤੀ? ਐਂਟੀ ਰਾਮਾ ਰਾਏ ਦੀ ਜਿਹੜੀ ਪਾਰਟੀ ਹੈ ਤੇਲਗੂ ਦੇਸ਼ਮ, ਉਹਦਾ ਮੁਖੀ ਹੁਣ ਜੇਲ੍ਹ 'ਚ ਆ। ਤੁਸੀਂ ਇਹ ਦੇਖੋ, ਅਸਾਮ ਦੇ ਵਿੱਚ ਅਸਾਮ ਸਟੂਡੈਂਟ ਯੂਨੀਅਨ ਸੰਘਰਸ਼ ਲੜਿਆ, ਉਹ ਸੱਤਾ 'ਚ ਆ ਗਈ, ਉਹ ਕਹਿੰਦੇ ਛੜਿਆਂ ਦਾ ਰਾਜ ਆ ਗਿਆ, ਪੰਜਾਬੀ ਟ੍ਰਿਬਿਊਨ ਨੇ ਖਬਰ ਲਈ ਸੀ, ਮੁੜ ਕੇ ਉਹ ਗੱਲਾਂ 'ਚ ਅੱਗੇ ਨਹੀਂ ਵਧੀ, ਜੀਰੋ ਹੋ ਗਈ। ਆਮ ਆਦਮੀ ਪਾਰਟੀ ਭ੍ਰਿਸ਼ਟਾਚਾਰ ਦੇ ਖਿਲਾਫ ਆਈ ਅਤੇ ਅੱਜ ਤੁਸੀਂ ਦੇਖ ਲਓ ਕੱਟੜ ਇਮਾਨਦਾਰ ਆ ਜਿਹੜੇ ਉਹ ਫਸੀ ਜਾਂਦੇ ਨੇ ਜੇਲ੍ਹਾਂ 'ਚ। ਆਹ ਹੁਣ ਗੱਜਣ ਮਾਜਰਾ ਵੀ ਚੱਕ ਲਿਆ, ਚਾਹੇ ਇਹ ਵੀ ਗੱਲ ਹੋਰ ਆ। ਸੋ ਇਸ ਕਰਕੇ ਜਿਹੜਾ ਜਿਹੜੇ ਤੁਸੀਂ ਅਮਲ ਕਰਦੇ ਹੋ, ਕੀ ਉਹ ਜਿਹੜੇ ਤੁਸੀਂ ਦਾਅਵੇ ਕਰਕੇ ਆਏ ਹੋ ਉਹਨਾਂ ਦੇ ਅਨੁਸਾਰ ਅੱਗੇ ਵਧਣ ਦੀ ਗੱਲ ਆ? ਇਹ ਤਾਂ ਕਹਿੰਦੇ ਸਿਆਸਤ ਕਰਨੀ ਆਏ, ਸਿਆਸਤ ਬਦਲਣਾ ਆ। ਦੱਸੋ ਜੀ, ਇਹਨਾਂ ਨੇ ਕਿਹੜੀ ਸਿਆਸਤ ਬਦਲੀ ਆ ਆਮ ਆਦਮੀ ਪਾਰਟੀ ਵਾਲੇ ਨੇ, ਅਤੇ ਲੱਖਾ ਕਿਹੜੀ ਬਦਲਵੀਂ ਸਿਆਸਤ ਕਰਦਾ? ਮੈਂ ਕਹਿੰਦਾ ਜਿਹੜੇ ਪ੍ਰਾਈਵੇਟ ਸਕੂਲ ਨੇ ਉਹਨਾਂ ਦੀ ਸਮੱਸਿਆ ਹੈਗੀ ਆ, ਪਰ ਇਹ ਨੀਤੀ ਆ ਜਿਹੜੀ ਤੁਸੀਂ ਤਾਮਿਲਨਾਡੂ 'ਚ ਇਹੋ ਜਿਹਾ ਸਕੂਲ ਖੋਲ੍ਹ ਕੇ ਦੇਖ ਲਓ ਨਾ, ਜਿੱਥੇ ਤੁਸੀਂ ਕਹੋਗੇ ਤਾਮਿਲ ਭਾਸ਼ਾ ਦਾ ਰੋਲ ਆ, ਹਿੰਦੀ ਬੋਲੀ ਜਾਊ ਕਰ। ਪੰਜਾਬ ਸਰਕਾਰ ਦੀ ਜਿਹੜੀ ਪ੍ਰਾਈਵੇਟ ਸਕੂਲਾਂ ਨੂੰ NOC ਦੇਣ ਦੀ ਨੀਤੀ ਆ, ਗੜਬੜ ਤਾਂ ਉਹ 'ਚ ਆ। ਫਿਰ ਇਹਨਾਂ ਦੀ ਰੈਗੂਲੇਟਰੀ ਅਥਾਰਟੀ ਕੋਈ ਨਹੀਂ, ਇਹਨਾਂ ਦਾ ਫੀਸਾਂ 'ਤੇ ਕੰਟਰੋਲ ਕੋਈ ਨਹੀਂ। ਮਤਲਬ ਇਸ ਕਰਕੇ ਸਰਕਾਰ ਦੇ ਖਿਲਾਫ, ਨੀਤੀਆਂ ਦੇ ਖਿਲਾਫ ਅੰਦੋਲਨ ਲੜਨ ਦੀ ਲੋੜ ਆ। ਹੁਣ ਲੱਖੇ ਨੇ ਉਹਨਾਂ ਬੋਰਡਾਂ ਦੇ ਉੱਤੇ ਪੋਚਾ ਫੇਰਿਆ, ਮੈਂ ਇਹ ਵੀ ਹਮਾਇਤ ਕੀਤੀ, ਮੈਂ ਯਾਰ ਇੰਨਾ ਖੜੋਤ ਆਈ ਪਈ ਆ, ਇਹ ਮਾਰਕੇਵਾਲ ਐਕਸ਼ਨ ਆ, ਕੋਈ ਗੱਲ ਨਹੀਂ, ਆਪਾਂ ਹੁਣ ਨੀਤੀ ਦੇ ਆਧਾਰ 'ਤੇ ਇਹਨਾਂ ਨੂੰ ਸਹੀ ਸੇਧ ਦੇ ਲਓ। ਹੁਣ ਇੱਕ ਸਕੂਲ 'ਚ ਜਾ ਕੇ, ਅੱਛਾ ਜਿਹੜੇ ਪ੍ਰਵਚਨ ਸਿਰਜਦਾ ਉਹ ਬੜਾ ਖਤਰਨਾਕ ਹੈ, ਕਿਉਂਕਿ ਧਾਰਮਿਕ ਘੱਟ ਗਿਣਤੀਆਂ ਨੂੰ ਸਕੂਲ ਖੋਲ੍ਹਣ ਦੀ ਆਗਿਆ ਦਿੱਤੀ ਹੋਈ ਹੈ। ਖਾਲਸਾ ਸਕੂਲ ਨੇ, ਉੱਥੇ ਫੋਟੋਆਂ ਹੋਰ ਨੇ, ਪ੍ਰੇਅਰਾਂ ਹੋਰ ਨੇ, ਵਰਦੀ ਹੋਰ ਆ, ਇਹ ਕਾਨੂੰਨ ਅਨੁਸਾਰ ਆਗਿਆ ਮਿਲੀ ਹੋਈ ਆ, ਤਾਂ ਉਹ ਕਰਦੇ ਨੇ ਜਿਹੜੀ ਉਹਨਾਂ ਨੂੰ ਆਗਿਆ ਮਿਲੀ ਹੈ, ਜੇ ਉਹਦੀ ਉਲੰਘਣਾ ਕਰਦੇ ਨੇ, ਜਿਵੇਂ ਉਹ ਕਹਿੰਦੇ ਨੇ ਵੀ ਕੜਾ ਨਹੀਂ ਪਾਉਣ ਦੇਣਾ, ਆਪ ਗੱਲ ਪੰਜਾਬੀ 'ਚ ਨਹੀਂ ਕਰਨ ਦੇਣੀ, ਅਈਆਂ ਦੀਆਂ ਗੱਲਾਂ ਖਿਲਾਫ਼ ਸਖ਼ਤੀ ਕੀਤੀ ਜਾਣੀ ਚਾਹੀਦੀ ਹੈ। ਭਗਵੰਤ ਮਾਨ ਨੇ ਕਿਹਾ ਵੀ 21 ਤਰੀਕ ਤੱਕ ਸਾਰੇ ਬੋਰਡਾਂ 'ਤੇ, ਚਾਹੇ ਕੋਈ ਕਿਹੋ ਜਿਹਾ ਬੋਰਡ ਆ, ਪੰਜਾਬੀ ਫਸਟ ਹੋਣੀ ਚਾਹੀਦੀ ਹੈ, ਨਹੀਂ ਮੈਂ ਕਾਰਵਾਈ ਕਰੂੰ। ਕਿਸੇ ਇੱਕ ਖਿਲਾਫ਼ ਕੀਤੀ ਹੈ, ਬੋਰਡ ਕਿਤੇ ਬਦਲ ਗਏ, ਰੇਲਵੇ ਸਟੇਸ਼ਨਾਂ ਤੋਂ ਪੰਜਾਬੀ ਉੱਡਣ ਲੱਗ ਗਈ, ਮਾਨਸਾ ਜੀ ਤੁਹਾਡੀ ਉਦਾਹਰਨ। ਸੋ ਇਹਨਾਂ ਦੀ ਜਿਹੜੀ ਸਿਆਸਤ ਆ, ਲੱਗਦੀ ਚੰਗੀ ਆ, ਗੱਲ ਠੀਕ ਲੱਗਦੀ ਆ, ਪਰ ਇਹ ਘਸੋਲਾ ਪਾਊ, ਖੌਰੂ ਪਾਊ ਸਿਆਸਤ ਆ। ਇਸ ਕਰਕੇ ਲੱਖੇ ਦੀ ਮੈਂ ਆਲੋਚਨਾ ਕਰਦਾ ਜੀ। ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਬੜੀ ਅਹਿਮ ਜਾਣਕਾਰੀ ਤੁਸੀਂ ਸਾਂਝੀ ਕੀਤੀ, ਦੱਸਿਆ ਕਿ ਕਿਸ ਤਰੀਕੇ ਦੇ ਨਾਲ ਪੰਜਾਬ ਨੂੰ ਪੋਲਿਸੀ ਨੀਤੀ ਦੇ ਰਾਹ ਦੇ ਉੱਪਰ ਹੀ ਤੋਰਨਾ ਜ਼ਰੂਰੀ ਹੈ, ਨਾ ਕਿ ਇੰਡੀਵਿਜੁਅਲ ਆਪਣੇ ਆਪਣੇ ਰੌਲੇ ਖੜੇ ਕਰਨਾ। ਸੋ ਮਾਲੀ ਸਾਹਿਬ ਬਹੁਤ ਬਹੁਤ ਧੰਨਵਾਦ ਤੁਹਾਡਾ ਸਮਾਂ ਕੱਢਣ ਦੇ ਲਈ, ਸ਼ੁਕਰੀਆ ਜੀ। ਧੰਨਵਾਦ ਜੀ ਤੁਹਾਡਾ ਵੀ ਮੈਨੂੰ ਮੌਕਾ ਦੇਣ ਲਈ। ਧੰਨਵਾਦ, ਸਤਿ ਸ਼੍ਰੀ ਅਕਾਲ ਮਾਲੀ ਸਾਹਿਬ।